सत श्री अकाल दोस्तों, स्वागत है जी ਤੁਹਾਡਾ ਸਾਰਿਆਂ ਦਾ ਸਾਡੀ YouTube ਚੈਨਲ ਡੇਲੀ ਪੰਜਾਬ ਵੈਦਰ ਤੇ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਅੱਜ ਦੁਪਹਿਰ ਦੇ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ। ਲਓ ਜੀ ਹੁਣੇ ਹੁਣੇ ਦੁਪਹਿਰ ਦੇ ਪੰਜਾਬ ਦੇ ਮੌਸਮ ਨੂੰ ਲੈ ਕੇ ਆ ਗਈ ਵੱਡੀ ਖਬਰ ਜੀ। ਇਹਨਾਂ ਇਲਾਕਿਆਂ ਦੇ ਵਿੱਚ ਬੰਨ ਗਏ ਮੀਂਹ ਦੇ ਸਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਨਿਕਲੇਗੀ ਧੁੱਪ। ਬਹੁਤ ਹੀ ਵੱਡੀ ਖਬਰ ਹੈ ਸਰੋਤੇ ਵੀਰੋ, ਮੌਸਮ ਨੂੰ ਲੈ ਕੇ ਵੀਡੀਓ ਦੇ ਨਾਲ ਅੰਤ ਤੱਕ ਜ਼ਰੂਰ ਜੁੜੇ ਰਹਿਣਾ ਤੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੀ ਹਰ ਇੱਕ ਮੌਸਮ ਦੇ ਸੰਬੰਧਿਤ ਤਾਜ਼ਾ ਵੱਡੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਇਆ ਕਰੇ। ਸੋ ਦੋਸਤੋ, ਮੌਸਮ ਨੂੰ ਲੈ ਕੇ ਇਸ ਵਕਤ ਦੀ ਬਹੁਤ ਹੀ ਵੱਡੀ ਖਬਰ ਲੈ ਕੇ ਪੇਸ਼ ਹੋਏ ਹਾਂ ਜੀ। ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਪਾਂ ਨੂੰ ਪੰਜਾਬ ਦੇ ਵਿੱਚ ਅੱਜ ਦੁਪਹਿਰ ਦੇ ਸਮੇਂ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਤੇ ਕੁਝ ਕਿਸਮ ਵਿੱਚ ਧੁੱਪ ਵੀ ਨਿਕਲੇਗੀ। ਤਾਂ ਗੱਲ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਸਰੋਤ ਵੀਰੋ, ਗੱਲ ਕਰੀਏ ਬੱਦਲਬਾਈ ਦੀ। ਤਾਂ ਬੱਦਲਬਾਈ ਆਪਾਂ ਨੂੰ ਦੁਪਹਿਰ ਦੇ ਸਮੇਂ ਲਗਭਗ 60 ਤੋਂ ਲੈ ਕੇ 70 % ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ। ਜੀ ਹਾਂ ਦੋਸਤੋ, ਲਗਾਤਾਰ ਬੱਦਲਬਾਈ ਬਣੀ ਰਹੇਗੀ ਦੁਪਹਿਰ ਤੱਕ। ਅਤੇ ਗੱਲ ਕਰੀਏ ਜੇਕਰ ਆਪਾਂ ਧੁੱਪ ਦੀ, ਤਾਂ ਧੁੱਪ ਦੇ ਵੀ ਅਸਾਰ ਜ਼ਰੂਰ ਰਹਿਣਗੇ। 10 ਤੋਂ ਲੈ ਕੇ 20% ਹਿੱਸਿਆਂ ਦੇ ਵਿੱਚ ਧੁੱਪ ਵੀ ਨਿਕਲੇਗੀ। ਗੱਲ ਕਰੀਏ ਮੀਂਹ ਦੀ, ਤਾਂ ਮੀਂਹ ਦੇ ਅਸਾਰ ਵੀ ਬਣਨਗੇ ਪਰ ਕੋਈ ਭਾਰੀ ਮੀਂਹ ਦੇ ਅਸਾਰ ਨਹੀਂ ਹਨ ਜੀ। ਇਹ ਜ਼ਰੂਰ ਨੋਟ ਕਰ ਲਓ ਪਹਿਲਾਂ, ਖਾਸ ਕਰਕੇ ਕਿਸਾਨ ਭਰਾ। ਅਤੇ ਜੇਕਰ ਗੱਲ ਕਰੀਏ ਆਪਾਂ ਬੂੰਦਾਬਾਂਦੀ ਦੀ, ਤਾਂ ਬੂੰਦਾਬਾਂਦੀ ਜ਼ਰੂਰ ਹੋਵੇਗੀ। ਜੀ ਹਾਂ ਦੋਸਤੋ, ਬੂੰਦਾਬਾਂਦੀ ਹੁੰਦੀ ਆਪਾਂ ਨੂੰ ਜ਼ਰੂਰ ਦਿਸੇਗੀ, ਜਿਸ ਕਾਰਨ ਠੰਡੀਆਂ ਠਾਰ ਹਵਾਵਾਂ ਚੱਲਣਗੀਆਂ, ਤੇਜ਼ ਹਵਾਵਾਂ ਚੱਲਣਗੀਆਂ, ਗਰਮੀ ਤੋਂ ਪੂਰੀ ਤਰ੍ਹਾਂ ਰਾਹਤ ਰਹੇਗੀ। ਕੁਝ ਕੇਸਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਵੀ ਪੈ ਸਕਦਾ ਹੈ, ਪਰ ਫਿਰ ਤੋਂ ਦੱਸ ਦਈਏ ਕਿ ਭਾਰੀ ਮੀਂਹ ਦੇ ਆਸਾਰ ਹੈ ਜਿਹੜੇ ਉਹ ਬਿਲਕੁਲ ਵੀ ਨਹੀਂ ਹਨ। ਸੋ ਦੋਸਤੋ, ਇਹ ਸੀ ਜੀ ਹੁੰਦੀ ਜਾਣਕਾਰੀ। ਦੋਸਤੋ, ਤੁਸੀਂ ਕਿਹੜੇ ਜ਼ਿਲ੍ਹੇ ਤੋਂ ਹੋ ਜੀ, ਤੁਹਾਡੇ ਜ਼ਿਲ੍ਹੇ ਦੇ ਵਿੱਚ ਇਸ ਵਕਤ ਮੌਸਮ ਕਿਹੋ ਜਿਹਾ ਬਣਿਆ ਹੋਇਆ ਹੈ, ਕਮੈਂਟ ਬਾਕਸ ਦੇ ਵਿੱਚ ਲੈ ਕੇ ਜ਼ਰੂਰ ਦੱਸਣਾ ਅਤੇ ਆਪਣੇ ਆਪਣੇ ਜ਼ਿਲ੍ਹਿਆਂ ਦਾ ਨਾਂ ਕਮੈਂਟਾਂ ਦੇ ਵਿੱਚ ਲੈ ਕੇ ਜ਼ਰੂਰ ਜਾਣਨ ਜੀ, ਤਾਂ ਜੋ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਿਲ੍ਹਾਵਾਰ ਜਾਣਕਾਰੀ ਦੇਵਾਂਗੇ। ਉਹਦੇ ਵਿੱਚ ਆਪਾਂ ਤੁਹਾਡੇ ਜ਼ਿਲ੍ਹੇ ਦਾ ਜ਼ਿਕਰ ਵੀ ਜਿਹੜਾ ਜ਼ਰੂਰ ਕਰੀਏ। ਸੋ ਆਪਣੇ ਆਪਣੇ ਜ਼ਿਲ੍ਹਿਆਂ ਦਾ ਨਾਂ ਕਮੈਂਟ ਬਾਕਸ ਦੇ ਵਿੱਚ ਲੈ ਕੇ ਜ਼ਰੂਰ ਜਾਣਾ। ਧੰਨਵਾਦ।